40 ਸਾਲ ਮੀਆਂ ਸਾਹਿਬ ਦੇ ਕਬਜ਼ੇ 'ਚ ਪਾਕਿਸਤਾਨ ਰਿਹਾ। 40 ਸਾਲ ਮੈਂ ਤੇ ਤੁਸੀਂ ਸ਼ੇਰ ਨਹੀਂ ਕੀਤਾ, ਨਹੀਂ ਕੀਤਾ। ਓਏ ਅਸੀਂ ਖਾਨ ਦੇ ਨਾਲ ਪਹਿਲੇ ਵੀ ਸ਼ੇਰ ਸ਼ੇਰ ਲੂੰਬੜੀ ਬਣ ਗਈ, ਸ਼ੇਰ ਲੂੰਬੜੀ ਬਣ ਗਈ, ਗਿੱਦੜ ਬਣ ਗਈ। ਕੋਈ ਇੰਟਰਵਿਊ ਨਹੀਂ ਆਣਾ, ਉਹਨਾਂ ਨੂੰ ਪਤਾ ਖਾਨ ਆਣ ਕੇ ਬਾਹਰ ਮੁਲਕ ਤੋਂ ਲੁੱਟਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ। ਇਹ ਲੁੱਟਦੇ ਨੇ ਤੇ ਲੰਡਨ, ਦਿਲ ਨਹੀਂ ਫਟਿਆ ਗੱਲਾਂ ਕਰਦੇ। ਮੈਂ ਨਾ ਲੁੱਟਦੇ ਨੇ ਤੇ ਲੰਡਨ, ਨਾ ਕਰੋ, ਮੈਂ ਨਾ ਲੁੱਟਦੇ ਨੇ ਤੇ ਲੰਡਨ, ਉਹਨਾਂ ਦੀ ਬਦਦੁਆ ਲੱਗ ਜਾਣੀ ਹੈ। ਇਹ ਨਾ ਇਨਸ਼ਾਅੱਲਾ, ਇਨਸ਼ਾਅੱਲਾ ਉਹ ਪੀਰ ਸਾਹਿਬ ਨੇ ਝੋਲੀ ਚੁੱਕ ਕੇ ਆਨੇ ਆ, ਇਨਸ਼ਾਅੱਲਾ ਇਹਨਾਂ ਜਾਣਾ, ਇਹਨਾਂ ਦਾ ਹੋ ਜਾਣਾ। ਮੈਂ ਇਹਨਾਂ ਦਾ ਕੀਤੀਆਂ ਨੇ, ਇਮਰਾਨ ਖਾਨ ਜ਼ਿੰਦਾਬਾਦ, ਖਿਦਮਤਾਂ ਨੇ, ਇਮਰਾਨ ਖਾਨ ਜ਼ਿੰਦਾਬਾਦ, ਇਮਰਾਨ ਖਾਨ ਜ਼ਿੰਦਾਬਾਦ ਸਾਹਿਬ। ਸਭ ਗੱਲਾਂ ਨੇ ਉਹਨਾਂ ਨੇ ਆਪਣਾ ਬਣਾਇਆ। ਰਿਪੋਰਟਡ ਪਾਣੀ ਪੀਣਾ ਸਾਡੇ ਤੋਂ ਕਾਰੋਬਾਰ ਕੀ ਹੈ? ਮੀਆਂ ਸਾਹਿਬ ਲਈ ਨਾਸ਼ਤਾ ਨਾ ਹੈਲੀਕਾਪਟਰ ਤੇ ਆਂਦਾ ਸੀ, ਆਈ ਸਮਝ? ਸਾਰਾ ਜੱਗ ਜਾਣਦਾ ਮਰੀਜ਼ ਕੌਣ ਹੈ ਇਸ ਟਾਈਮ। ਫਿੱਟ ਸੀ ਖਾਨ ਸਾਹਿਬ ਅਜੇ ਤੱਕ ਅੰਦਰ ਹੀ, ਨਾ ਉਹਨੇ ਕਿਹਾ ਮੈਨੂੰ ਬਾਹਰ ਭੇਜੋ, ਨਾ ਉਹਨੇ ਕਿਹਾ ਮੈਨੂੰ ਨਾਸ਼ਤਾ ਮੇਰੀ ਪਸੰਦ ਦਾ ਦਿਓ, ਆਈ ਸਮਝ? ਤੁਹਾਨੂੰ ਵੀ ਪਤਾ ਖਾਨ ਤੇ ਲੈ ਰਹੇ, ਅੱਜ ਤੱਕ ਬੈਠਾ, ਡੱਟ ਕੇ ਬੈਠਾ, ਨਹੀਂ ਬੈਠਾ, ਡੱਟ ਕੇ ਬੈਠਾ ਖਾਨ। ਕੋਈ ਡੀਲ ਨਹੀਂ ਖਰਾਬ ਹੋ ਗਈ ਸੀ ਖਾਨ ਸਾਹਿਬ, ਕੋਈ ਡੀਲ ਨਹੀਂ ਕਰਨਗੇ, ਅਸੀਂ ਤੁਹਾਨੂੰ ਲਿਖ ਕੇ ਦਿੰਦੇ ਹਾਂ। ਖਾਨ ਡੀਲ ਕਰੇਗਾ ਅਸੀਂ ਖਾਨ ਨੂੰ ਛੱਡ ਦੇਵਾਂਗੇ। ਜਾਓ, ਨਵਾਜ਼ ਸ਼ਰੀਫ ਦੀ ਕਦਰ ਕੀ ਕਰਨੀ ਆ, ਜ਼ਲੀਲ ਰੋਜ਼ੀ ਤੋਂ ਵੀ ਹੋਏ ਆ, ਕੀ ਸਮਝਦੇ? ਨਵਾਜ਼ ਸ਼ਰੀਫ ਬਾਬਰ ਮੀਆਂ ਮੈਂ ਖਾਨ ਖੁਦ ਖਵਾਇਆ, ਅਵਤਾਰੀ ਸੀ ਉੱਥੇ, ਪਾਪੜ ਖਾ ਰਹੇ ਲੇਸ, ਖਾਨ ਨੇ ਕਿਹਾ ਬੇਟਾ ਇਧਰ ਲਓ, ਮੈਂ ਵੀ ਖਾਣੀ, ਮੈਂ ਤੇ ਖਾਨ ਨੇ ਬਹਿ ਕੇ ਖਾਧੀ ਹੈ। ਜੇ ਸ਼ਬਾਜ਼ ਸ਼ਰੀਫ ਨਵਾਜ਼ ਸ਼ਰੀਫ ਪਾਪੜ ਖਾ ਲਵੇ ਤਾਂ ਮੈਂ ਸਲੂਟ ਮਾਰਾਂਗਾ ਉਹਨਾਂ ਨੂੰ। ਗੱਲ ਕਰੋ, ਰੋਟੀ ਡੁਬੋ ਡੁਬੋ ਖਾਧੀ ਜੇ, ਕੀ ਹੋ ਗਿਆ ਤੁਹਾਨੂੰ ਯਾਰ? ਕਿਉਂ ਜੀ ਗੱਲਾਂ ਕਰ ਰਹੇ ਹੋ? ਵੀ ਨਹੀਂ ਹੈਗੇ ਸਾਰੇ ਟੋਲੇ ਚ, ਨਹੀਂ ਤੁਹਾਡੀ ਨਾ ਲੀਡਰਸ਼ਿਪ ਆ, ਖਾਨ ਦੇ ਪਾਸਕੂ ਵੀ ਨਹੀਂ ਕਰ ਸਕਦੇ ਖਾਨ ਜੀ, ਖਾਨ ਦੀ ਰੇਸ ਨਹੀਂ ਕਰ ਸਕਦੇ। ਅਸੀਂ ਰੋਟੀ ਤੇ ਖਾਂਦੇ ਸਾਂ ਨਾ, ਕੱਲਾ ਹੀ ਬੱਬਰ ਸ਼ੇਰ ਏ, ਜਦੋਂ ਚਾਹੇ ਤੁਹਾਡਾ ਮੁਲਕ ਬੰਦ ਕਰਾ ਦਿੰਦਾ, ਜਦੋਂ ਚਾਹੇ ਤੇ ਚੱਲਦਾ ਰਹਿੰਦਾ। ਨਹੀਂ, ਮੁਲਕ ਨਹੀਂ ਬੰਦ ਹੋ ਸਕਦਾ, ਨਾ ਉਹ ਕਰਾ ਸਕਦਾ, ਮੁਲਕ ਉਹਦਾ, ਮੁਲਕ ਉਹਦਾ, ਮੁਲਕ ਸਾਡਾ, ਮੁਲਕ ਸਾਡਾ। ਗੱਲ ਦੱਸੋ, ਤੁਸੀਂ ਵੀ ਨਵਾਜ਼ ਸ਼ਰੀਫ ਦੇ ਫੈਨ, ਬਿਜਲੀ ਮਹਿੰਗੀ ਕਰ ਰਹੀ ਹੈ, ਮੈਂ ਕਿਹਾ ਕੋਈ ਕੌਮ ਉਹਦੇ ਨਾਲ ਦਰਬਾਰ ਵੀ ਹੋਇਆ। ਮੈਂ ਤੁਹਾਨੂੰ ਉਸ ਵੀ ਗੱਲ ਕਹੀ ਸੀ, ਮੈਨੂੰ ਕੋਈ ਬੰਦਾ ਤੇ ਮਾਰੇਗਾ ਨਾ ਵੋਟ ਸ਼ੇਰ ਤੇ ਪਾ, ਤੇ ਮੈਂ ਨਹੀਂ ਪਾਵਾਂਗਾ। ਤੁਹਾਨੂੰ ਉੱਥੇ ਵੀ ਕਿਹਾ ਸੀ ਗਵਾਲਮੰਡ ਬਰਿਆਨੀ ਦੀ ਪਲੇਟ, ਆਹ ਖਵਾਵਾਂ ਤੁਹਾਨੂੰ, ਮਟਰ ਪਨੀਰ, ਮੈਂ ਤੁਹਾਨੂੰ ਹਜ਼ਾਰ ਵਾਲੀ ਬਰਿਆਨੀ ਖਵਾਉਣਾ। ਆਓ ਕਹੋ ਇਮਰਾਨ ਖਾਨ ਜ਼ਿੰਦਾਬਾਦ, ਕਹੋ ਤਬੀਅਤ ਮੇਰੀ ਖਰਾਬ। ਐਲ ਡੀ ਵਾਲਾ ਉੱਠ, ਮੈਂ ਕਿਹਾ ਜੀ ਸਰ, ਪਿਛਲੀ ਨੰਬਰ ਪਲੇਟ ਕਿਤੇ ਹੀ, ਮੈਂ ਕਿਹਾ ਸਰ ਪਲੇਟ ਲੱਗੀ ਦੀ ਹੋਈ ਹੈ, ਕੋਈ ਚੋਰੀ ਦੀ ਗੱਡੀ ਹੈ, ਫਟਾਫਟ ਫੜ ਚਲਾਉਣ ਦੇ ਗੱਡੀ ਬੰਦ। ਮੈਂ ਘਰ ਤੋਂ ਮੇਰੇ ਬੱਚੇ ਕਹਿੰਦੇ ਅਸੀਂ ਕੀ ਕਰੀਏ ਤੇਰੇ ਬੱਚੇ, ਮੈਂ ਕਿਹਾ ਬਦਮਾਸ਼ੀ ਹੈ ਗੰਦਾ, ਆਹ ਬਦਮਾਸ਼ੀ ਹੈ, ਬਾਕੀ ਬਦਮਾਸ਼ੀ ਹੈ। ਖਾਨ ਦੀ ਹਕੂਮਤ ਦੇ ਵਿੱਚ ਇੱਕ ਦਫਾ ਮੇਰਾ ਟੀ ਆਰ ਪੀ ਨੇ ਚਲਾਨ ਨਹੀਂ ਕੀਤਾ, ਉਹ ਖਾਨ ਦੀ ਹਕੂਮਤ ਦੇ ਵਿੱਚ। ਜ਼ੁਲਮ ਜ਼ੁਲਮ ਵੇਖੋ, ਜ਼ੁਲਮ ਵੇਖੋ, ਫਲਸਤੀਨ ਦੇ ਭਾਈਆਂ ਨਾਲ ਜ਼ੁਲਮ ਹੋ ਰਿਹਾ,
ਠੀਕ ਹੈ, ਇਰਾਨ ਦਾ ਸਦਰ ਬੋਲਿਆ, ਚਲੋ ਜੋ ਵੀ ਹੋਇਆ, ਹੁਣ ਫਲਸਤੀਨ ਦਾ ਸਦਰ ਗਿਆ ਉੱਥੇ, ਦੱਸੋ ਜ਼ਿਆਦਤੀ ਨਹੀਂ ਹੋਈ? ਮੁਸਲਮਾਨ ਸਾਡਾ ਭਰਾ ਹੈ ਸਰ, ਜ਼ਿਆਦਤੀ ਨਹੀਂ ਹੋਈ? ਹਮਾਸ ਕੇ ਲੀਡਰ ਥੇ ਸਰ, ਬਿਜਲੀ ਮਹਿੰਗੀ ਕਰ ਰਹੇ ਹੈ, ਮੈਂ ਤੋ ਕਹ ਰਹਾ ਜਮਾਤ ਇਸਲਾਮੀ, ਮੈਂ ਕਿਸੀ ਬਾਤ ਪੇ ਇਸ ਸੁਣੀ ਲੂੰਗਾ, ਬਿਜਲੀ ਕਾ ਯਾ ਮਹਿੰਗਾਈ ਕੀ ਮੈਂ ਬਾਤ ਨਹੀਂ ਕਰ ਰਹਾ, ਮੈਂ ਬਾਤ ਕਰ ਰਹਾ ਹੂੰ ਫਲਸਤੀਨ ਕੀ। ਹਮਾਰੀ ਹਕੂਮਤ ਪਾਕਿਸਤਾਨ ਨੇ ਫਲਸਤੀਨ ਕੇ ਸਾਥ ਕੋਈ ਵੀ ਐਸੀ ਅਮਦਰਦਾਨਾ ਬਾਤ ਨਹੀਂ ਕੀ। ਮਹਿੰਗੀ ਬਿਜਲੀ ਜ਼ਰਾ ਇਸ ਟੌਪਿਕ ਪੇ ਆ ਜਾਏ। ਮਹਿੰਗੀ ਬਿਜਲੀ ਸਰ, ਇਹਨਾਂ ਨੇ ਵਾਅਦਾ ਕੀਆ ਥਾ ਕਿ 300 ਯੂਨਿਟ ਪੇ, ਮਰੀਮ ਨਵਾਜ਼ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨੇ ਫਰਮਾਇਆ ਥਾ ਕਿ ਜੀ 300 ਯੂਨਿਟ ਫਰੀ ਕਰੇਂਗੇ, ਆਵਾਮ ਕੋ ਹਮ ਰਿਲੀਫ ਦੇਂਗੇ। ਉਸਮੇ ਰਿਲੀਫ ਇਤਨਾ ਮਿਲਾ ਕਿ ਜਿਸਕਾ 150 ਯੂਨਿਟ ਹੈ ਉਸਕੋ 10,000 ਰੁਪਏ ਬਿੱਲ ਆ ਰਹਾ ਹੈ, ਠੀਕ ਹੈ, ਜਹਾਂ ਵੋ 2,000 ਥਾ ਅਬ ਵੋ 10,000 ਹੈ। ਬਿਜਲੀ ਚੋਰੀ ਕੋਈ ਕਰ ਰਿਹਾ, ਯੂਨਿਟ ਗਰੀਬ ਪੇ ਡਾਲ ਰਹੇ ਹੈ, ਐਸੇ ਹੀ ਹੈ, ਠੀਕ ਹੈ। ਸਬਜ਼ੀ ਪੇ ਜਾਏ, ਮੈਂ ਖੁਦ ਬੇਸਿਕਲੀ ਡਰਾਈਵਰ ਹੂੰ ਔਰ ਜੋ ਮੈਂ ਬਾਈਕ ਚਲਾ ਰਹਾ ਹੂੰ, ਕਿਉਂ ਕਿ ਇਹਨਾਂ ਨੇ ਹਾਲਾਤ ਐਸੇ ਪੈਦਾ ਕਰਦੇ। 300 ਰੁਪਏ ਤੋਂ ਸ਼ਿਮਲਾ ਮਿਰਚ ਹੈ ਔਰ ਜੋ ਕਿ ਲਈਦਾ 20 ਰੁਪਏ ਕਿਲੋ, 300 ਰੁਪਏ ਕਿਲੋ ਮਹਿੰਗਾ ਨੇ, ਦੱਸੋ ਯਾਰ ਜ਼ਿਆਦਤੀ ਹੈ ਸਰ। 20 ਰੁਪਏ ਕਿਲੋ ਤੇ ਅੱਜ ਉਹ 100 ਸੇ ਅਬਵ ਹੈ, ਆਪ ਕਿਆ ਕਹੇਂਗੇ? ਮੈਂ ਤਾਂ ਅਸਲਾਮ ਅਲੈਕਮ ਭਾਈ, ਕਿਆ ਲਿਖ ਰਹੀ ਹੈ? ਮੇਰਾ ਭਾਈ ਆਇਆ ਤਾਂ ਅੱਜ ਮੈਡੀਸਨ ਲੈਣੇ ਕੇ ਲੀਏ, ਡਾਕਟਰ ਨੇ ਟਾਈਮ ਦਿਆ ਤਾਂ ਅੱਜ, ਤੋ ਡਾਕਟਰ ਨੇ ਲਿਖਾ ਤਾ ਪ੍ਰੇਟ, ਡਾਕਟਰ ਨੇ ਪ੍ਰੇਟ ਲਿਖਾ ਤਾ ਭਾਈ ਮੇਰੇ ਕਾ, ਯੇ ਆਪ ਦੇ ਸਕਤੇ ਹੈਂ? ਇੱਕ ਮਿੰਟ, ਯੇ ਦੇਖੇ, ਯੇ ਪੱਟੀ ਮੈਨੇ ਆਪਕੇ ਸਾਹਮਣੇ ਖੋਲੀ ਹੈ, ਠੀਕ ਹੈ, ਕੋਈ ਝੂਠ ਯੇ ਨਹੀਂ ਸਾਬਤ ਕਰ ਸਕਤਾ, ਯੇ ਮੇਰੇ ਭਾਈ ਸਭ ਖੜੇ ਹੈਂ, ਹਾਂ ਯਾਦ ਆਂਦਾ ਨਾ ਸਿਹਤ ਕਾਰਡ, ਠੀਕ ਹੈ, ਸਿਹਤ ਕਾਰਡ ਕੇ ਉੱਪਰ ਮੇਰੇ ਭਾਈ ਕਾ 3 ਸਾਲ ਇਲਾਜ ਹੁਆ ਹੈ, ਹਮੇ ਇੰਜੈਕਸ਼ਨ 20 ਰੁਪਏ ਕੀ ਸਰਿੰਜ ਮਿਲਤੀ, ਵੋ ਵੀ ਫ੍ਰੀ ਫਰਾਮ ਕੀਆ ਕਰਤਾ ਥੇ ਸਰਵਿਸ ਹੋਸਪਿਟਲ ਵਾਲੇ, ਅਬ ਜਬ ਡਾਕਟਰ ਨੇ ਪਰੇਟ ਲੀ ਕਿਹਾ ਤੋ ਡਾਕਟਰ ਸੇ ਪੁੱਛਾ ਕਿ ਖਰਚਾ ਕਿਤਨਾ ਆਏਗਾ, ਡਾਕਟਰ ਨੇ ਕਿਹਾ ਕਿ ਇਸਕੇ ਚਾਰ 3 ਪਰੇਟ ਹੋਣੇ ਹੈ, ਇੱਕ ਪਰੇਟ ਕੇ ਉੱਪਰ 2.5 ਸੇ 3 ਲੱਖ ਰੁਪਏ ਖਰਚਾ ਹੈ, ਤੋ ਬਤਾਏ ਬਿਜਲੀ ਕੇ ਬਿੱਲ ਤਾਰੂੰ ਯਾ ਭਾਈ ਕਾ ਇਲਾਜ ਕਰਾਊਂ, ਯੇ ਮੇਰਾ ਆਪ ਕੇ ਉੱਪਰ ਸਵਾਲ ਹੈ, ਮੈਂ ਬਿਜਲੀ ਕਾ ਬਿੱਲ ਤਾਰੂੰ ਯਾ ਭਾਈ ਕਾ ਇਲਾਜ ਕਰਾਊਂ, ਉਸਕੇ ਬਾਅਦ ਮੈਂ ਆਪਣੇ ਕਿਚਨ ਕਾ ਕਿਚਨ ਕੀ ਜ਼ਿੰਮੇਦਾਰੀ ਉਠਾਊਂ ਯਾ ਭਾਈ ਕਾ ਇਲਾਜ ਕਰਾਊਂ? ਸਿਹਤ ਕਾਰਡ ਨਹੀਂ ਚੱਲ ਰਿਹਾ? ਸਿਹਤ ਕਾਰਡ ਕਹਾਂ ਚੱਲ ਰਿਹਾ ਹੈ? ਕਹ ਰਹੇ ਨਹੀਂ ਬੰਦ ਕੀ ਹੈ, ਨੂਨ ਲੀਗ ਵਾਲੇ ਕਹਤੇ ਨਹੀਂ ਬੰਦ ਕੀ, ਹੁਆ ਹੁਆ ਹੈ, ਬੰਦ ਹੁਆ। ਨਵਾਜ਼ ਸ਼ਰੀਫ ਸਾਹਿਬ ਸੇ ਮੇਰੀ ਰਿਕੁਐਸਟ ਹੈ ਔਰ ਬੀਬੀ ਮਰੀਮ ਨਵਾਜ਼ਾ ਸੇ ਕਿ ਖੁਦਾ ਕੇ ਲੀਏ ਹਮਾਰੇ ਗਰੀਬੋ ਕੇ ਉੱਪਰ ਰਹਿਮ ਕਰੇ। ਯੇ ਦੇਖੇ, ਯੇ ਸਰਵਿਸ ਹਸਪਤਾਲ ਕੀ ਫਾਈਲ ਹੈ, ਕੋਈ ਝੂਠ ਨਹੀਂ ਹੈ, ਯੇ ਦੇਖੇ, ਆਪ ਖੁਦ ਪੜ੍ਹੇ, ਮੈਂ ਆਪ ਖੁਦ ਪੜ੍ਹਤੇ ਜਾਏ, ਯੇ ਦੇਖੇ, ਕੋਈ ਗਲਤ ਸਾਬਤ ਨਹੀਂ ਕਰ ਸਕਤਾ, ਕਿਉਂਕਿ ਪ੍ਰੂਫ ਤਮਾਮ ਮੈਨੇ ਆਪਣੇ ਪਾਸ ਰੱਖੇ ਹੈ, ਮੇਰੇ ਭਾਈ ਕੋ 5 ਸਾਲ ਹੋ ਗਏ, ਯੇ ਦੇਖੇ, ਉਹ ਮੈਂ ਦੇਖ ਲਈ ਆਪਨੇ ਦੇਖ ਲਈ ਹੈ, ਠੀਕ ਹੈ, ਬਤਾਓ ਅਬ ਮੈਂ ਭਾਈ ਕਾ ਇਲਾਜ ਕਰਾਊਂ ਯਾ ਬਿਜਲੀ ਕਾ ਬਿੱਲ ਤਾਰੂੰ? 5 ਸਾਲ ਹੋ ਗਏ ਹੈ, 5 ਸਾਲ ਮੁਝੇ ਯੇ ਫੈਲ ਲੇਤੇ ਹੋਵੇ, ਮੈਂ ਹੋਸਪਿਟਲ ਕੇ ਚੱਕਰ ਲਗਾ ਰਹਾ ਹੂੰ, ਐਸਾ ਵਕਤ ਤਾਂ ਮੇਰਾ ਭਾਈ ICU ਮੇ ਥਾ, ICU ਮੇ ਡੇਲੀ ਇਸਕੀ 35,000 ਕੀ 40,000 45,000 ਕੀ ਮੈਡੀਸਨ 12 ਘੰਟੇ ਕੀ ਆਤੀ ਥੀ, ਵੋ ਮੇਰੇ ਅੱਬੂ ਕਾ ਪੈਸਾ ਜਮਾ ਕੀਆ ਹੁਆ ਥਾ, ਅੱਲਾ ਮੇਰੇ ਅੱਬੂ ਕੋ ਜੰਨਤ ਮੇ ਜਗ੍ਹਾ ਦੇ, ਅੱਲਾ ਮੇਰੇ ਅੱਬੂ ਕੀ ਪਰੇਸ਼ਾਨੀਆਂ ਤੰਗੀਆਂ ਤਕਲੀਫਾਂ, ਅੱਲਾ ਮੇਰੇ ਅੱਬੂ ਪੁਲ ਸਰਾਹ ਕਾ ਰਸਤਾ ਆਸਾਨ ਕਰ, ਉਸਨੇ ਹਮਾਰੇ ਲੀਏ ਕੁਛ ਪੈਸੇ ਜਮਾ ਕੀਏ ਥੇ, ਵੋ ਮੇਰੇ ਭਾਈ ਕੇ ਉੱਪਰ ਖਰਚ ਹੋ ਗਏ,
लेकिन 3 साल हो गए हैं। उसके बाद मैंने दिहाड़ी की है मिस्त्री के साथ, मैंने मजदूरी की है, मैंने अपने भाई का महंगे से महंगा इलाज कराया। इमरान खान के हुकूमत में मैं सेहत कार्ड लेकर जाता था, फार्मेसी वाले कार्ड लेकर मुझे मेडिसिन दे दिया करते थे। 40-40 हज़ार की मेडिसिन मैंने अपने भाई के लिए, अब डॉक्टरों ने 4 परेट गए हैं, 1 परेट के ऊपर 2.5 से 3 लाख रुपए। कितने परेट हो गए अब तक? इसके कम से कम 8 से 10 परेट हुए हैं, इतना ही खर्चा था। और अब कितने और होने हैं? अब इसके 4 और होने हैं, उनके ऊपर कम से कम खर्चा जो है वो 8 से 10 लाख रुपए है, वो इससे ज्यादा है। अब मेरे घर में आटा नहीं है कि शाम को मैं अपने बहन भाई को खिला सकूं। बताओ कि हम अब क्या करें, मैं क्या करूं? आप यही कहते हैं कि नवाज, ये मरियम नवाज, ये जो अमीर इतनी लोग है, हमारी निगरान हमारी हुकूमत है, वो यही कहती है कि पाकिस्तान खुशहाल है। पाकिस्तान खुशहाल नहीं है, ये खुद खुशहाल हैं। मेरे भाई के इलाज के लिए डॉक्टरों ने इतनी डिमांड की है, तो बताएं मैं कहाँ से लाऊं? ये आप मुझे बताएं मैं कहाँ से लाऊं? मैं घर में मैं दाढ़ी पे चिंची चलाता हूँ, ये चिंची है, इधर आए, इधर आए, ये मेरा चिंची है, इसकी मैं 800 रुपये दिहाड़ी दे रहा हूँ। तो मैंने जिसका चिंचों से कहा सीटें मुझे कोशिश करा दो, उसने क्या बोला, उसने कहा भाई सीटें कोशिश कराएं या अपने घर का चूल्हा सीधा करें इस 800 से। बताएं अब क्या करें, इसका इलाज कम से कम 10 लाख रुपए का है, क्या वो कोई है? हुकूमत पंजाब से मेरी रिक्वेस्ट है, हुकूमत पाकिस्तान से मेरी रिक्वेस्ट है कि खुदा के लिए मेरे भाई का इलाज करवाएं। और ये देखें, ये झूठ नहीं है, ये मेरा भाई सामने, इसकी आवाज़ नहीं निकलती है, इसके सामने कैमरामैन कैमरा करे, मैं करे। सर जिससे ज़्यादा मेरी आवाज़ सुनी आती, लेकिन पाकिस्तान हुकूमत से गुजारिश है। अजीब हालत है गुजरांवाला में, एक भाई दूसरे भाई को बिजली का बिल ना होने पे कत्ल कर देता है, या एक भाई दूसरे भाई की ज़िंदगी की भीख मांग रहा है, ये है पाकिस्तान के हालात।